ਪਤਾ ਨਹੀਂ ਕਿਉਂ ਪੰਜਾਬ ਪੁਲਿਸ ਮੈਂ ਅੱਗੇ ਵੀ ਤੁਹਾਨੂੰ ਕਿਹਾ ਬਹੁਤ ਵਾਰੀ ਕਾਲੀ ਕਰਦੀ ਨਜ਼ਰ ਆਉਂਦੀ ਕਾਲੀ ਪੈਸੇ ਕਰਦੀ ਨਹੀਂ ਕਾਲੀ ਕਰਵਾਈ ਜਾਂਦੀ ਉਹਨਾਂ ਤੋਂ ਇਹ ਕਿਰਗੇ ਬਹੁਤ ਬੁਰੀ ਤਰ੍ਹਾਂ ਇਹਨਾਂ ਨੂੰ ਪਾਲਾ ਮਾਰਦਾ ਸੀ ਆਪਦਾ ਕਿ ਅੱਗੇ ਮੂਸੇ ਵਾਲੇ ਦੇ ਮਾਪੇ ਜਾ ਕੇ ਉੱਥੇ ਵਿਧਾਨ ਸਭਾ ਦੇ ਅੱਗੇ ਬੈਠ ਗਏ ਸਨ ਜੀ 19 ਮਾਰਚ ਨੂੰ ਵਰਸੀ ਆ ਜਲੰਧਰ ਜਿਮਨੀ ਚੋਣ ਵਾਸਤੇ ਕਾਂਗਰਸ ਨੇ ਕੈਂਡੀਡੇਟ ਐਲਾਨ ਦਿੱਤਾ ਸਾਡੀ ਸਾਰੀ ਜਿਹੜੀ ਕੀਤੀ ਕਰਾਈ ਆ ਉਹ ਲੱਗੀ ਦਾਤ ਆ Rajasthan Police ਦਾਵੇ ਤੇ ਦਾਵਾ ਠੋਕ ਰਹੀ ਆ ਕਿ ਅਸੀਂ ਇੱਥੇ ਦਾਵੇ ਨਾਲ ਕਹਿ ਸਕਦੇ ਆ ਕਿ ਇਹ ਜਿਹੜੀ ਇੰਟਰਵਿਊ ਪ੍ਰਸਾਰਤ ਹੋਈ ਆ ਸਾਡੇ ਇਥੋਂ ਇਹ ਨਹੀਂ ਰਿਕਾਰਡ ਹੋਈ ਇਹ ਫਸੇ ਪਹਿਲਾਂ ਤਾਂ ਭੇਜਦੇ ਨੇ ਐਸਆਈਟੀ ਮੁਖੀ ਨੂੰ ਉਹਨਾਂ ਦੇ ਘਰੇ ਸਿੱਧੂ ਮੂਸੇਵਾਲੇ ਦੇ ਹਾਂਜੀ ਨਾਲ ਨਾਨਕ ਸੌ ਵੀ ਗਿਆ ਇਹਨਾਂ ਨੇ ਜਾ ਕੇ ਉੱਥੇ ਪਹਿਲਾਂ ਸਫਾਈਆਂ ਦਿੱਤੀਆਂ ਉੱਤੇ ਬਾਅਦ ਫੇਰ ਹੁਣ ਇਹਨਾਂ ਨੇ ਇਹ ਸਾਰਾ ਕੁਝ ਕਰਾ ਦਿੱਤਾ ਪਰ ਜਾਂਚ ਪੜਤਾਲ ਚ ਮੰਨ ਲਓ ਜੇ ਗੱਲ ਨਿਕਲ ਆਉਂਦੀ ਹੈ فرض ਕਰੋ ਚਲੋ ਬਠਿੰਡਾ ਜੇਲ੍ਹ ਨਹੀਂ ਪੰਜਾਬ ਦੇ ਵਿੱਚੋਂ ਕਿਸੇ ਹਿਰਾਸਤੀ ਜਗ੍ਹਾ ਦੇ ਨਿਸ਼ਾਨਦੇਹੀ ਹੋ ਜਾਂਦੀ ਹੈ ਫਿਰ ਕੀ ਕਰੋਗੇ ਫਿਰ ਕੀ ਕਰੋਗੇ ਮਤਲਬ ਕਿ ਇੰਤਜ਼ਾਰ ਨਹੀਂ ਕੀਤਾ ਬਸ ਸਿਰਫ ਤੇ ਸਿਰਫ ਇਹ ਹੋਇਆ ਕਿ ਜਿਹੜੀ ਚੀਜ਼ ਇਹਨਾਂ ਦੇ ਉਲਟ ਚਲੇ ਗਈ ਕਿਉਂਕਿ ਦੇਖੋ ਅਮਨ अरोड़ा ਮੀਤ ਹੇਅਰ ਉਹਨਾਂ ਨੇ ਬੜਾ ਜ਼ੋਰ ਲਾਇਆ ਸਦਨ ਚ ਖੜ ਕੇ ਕਿ ਅਸੀਂ ਇਸ ਸਾਰੇ ਕਤਲ ਕਾਂਡ ਤੋਂ ਖੜਾਛੁੜਾ ਲਈਏ ਜੀ ਬਥੇਰੇ ਆંકੜੇ ਪੇਸ਼ ਕੀਤੇ ਗਏ ਦਲੀਲਾਂ ਖੜੀਆਂ ਗਈਆਂ ਪਰ ਪੰਜਾਬ ਸਰਕਾਰ ਨੂੰ ਇਸ ਜ਼ਿੰਮੇਵਾਰੀ ਤੋਂ ਮੁਕਤੀ ਨਹੀਂ ਮਿਲ ਰਹੀ ਜੀ ਤਾਂ ਮਤਲਬ ਕਿ ਹੁਣ ਉਹ ਸਾਫ਼ ਕਰਨ ਵਾਸਤੇ ਸਪਸ਼ਟੀਕਰਨ ਦੇਣ ਵਾਸਤੇ ਜਾਂ ਇੱਕ ਹੋਰ ਮਸਲਾ ਬਣਨ ਤੋਂ ਰੋਕਣ ਵਾਸਤੇ ਜੋ ਇਹਨਾਂ ਨੇ ਕੀਤਾ ਮੈਂ ਸਮਝਦਾ ਕਿ ਕਾਲੀ ਚ ਆ ਜੀ ਜਾਂ ਤਾਂ ਤੁਸੀਂ ਇਹ ਚੁਠਲਾ ਦਿੰਦੇ ਕਿ ਹਾਂ ਬਈ ਜਿਹੜੀ ਖਬਰ ਆਈ ਆ ਇਨਕੁਆਰੀ ਵਾਲੀ ਉਹ ਸੱਚ ਨਹੀਂ ਜੇ ਹੈਗੀ ਇਨਕੁਆਰੀ ਤਾਂ ਅਸੀਂ ਆਪਣੇ ਪੱਧਰ ਤੇ ਕਰ ਵੀ ਲਈ ਆ ਜੀ ਇਹ ਸਾਫ਼ ਕਰ ਦਿਓ ਨਾ ਸਪਸ਼ਟ ਕਰ ਦਿਓ ਕਿ ਅਸੀਂ ਤੇ ਬਈ ਇਹ ਸਾਰੀ ਇਨਕੁਆਰੀ ਕਰ ਲਈ ਆ ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਕਾਲੀ ਚ ਕੀਤੀਆਂ ਗਈਆਂ ਲੱਗਦੀਆਂ ਤਾਂ ਹੁਣ ਇਹਨਾਂ ਵਾਸਤੇ ਹੀ ਇੱਕ ਪੰਬਲ ਪੂਸਾ ਬਣ ਗਿਆ ਤੇ ਜਿੰਨਾ ਮੰਨ ਲੋ ਇਹਨਾਂ ਦੀ ਜੇਲ੍ਹ ਚ ਕਿਸੇ ਚੋਂ ਨਹੀਂ ਇੰਟਰਵਿਊ ਹੋਈ ਪਰ ਜਿੰਨਾ ਇਹ ਵੱਡਾ ਭੰਬਲ ਪੂਸਾ ਬਣਾ ਰਹੇ ਨੇ ਜਿੱਥੇ ਹੋਈ ਉਹ ਤਾਂ ਸਾਫ ਸਗੋ ਖੁਸ਼ ਹੁੰਦਾ ਹੋਵੇਗਾ ਕਿ ਬਸ ਇਹ ਉਲਝ ਗਿਆ ਹੋਣਾ ਇਸ ਗੇਮ ਦੇ ਵਿੱਚ ਉਲਝ ਗਿਆ ਜੀ ਤੇ ਉਲਝਾਉਣਾ ਹੀ ਤਾਂ ਗੇਮ ਹੈ ਨਾ ਵੱਡਿਆਂ ਦੀ ਉਤਲਿਆਂ ਦੀ ਇਹੀ ਤੇ ਗੇਮ ਹੈ ਤੁਸੀਂ ਇੱਕ ਚੀਜ਼ ਹੋਰ ਨੋਟ ਕਰੋ ਚਲੋ ਕੋਈ ਕਮੈਂਡ ਲੈਣਾ ਤਾਂ ਲੈ ਲਓ ਆਪਾਂ ਹੋਰ ਉਹਨੂੰ ਅੱਗੇ ਗੱਲ ਨੂੰ ਖੋਲ ਲੈਨੇ ਤੂੰ ਜੀ ਜੀ ਬਿਲਕੁਲ ਬਿਲਕੁਲ ਮੈਂ ਇੱਕ ਦੋ ਕਮੈਂਟ ਇਧਰੋਂ ਲੈ ਲੈਣਾ ਐਡ ਆਨ ਕਰ ਲੈਣਾ ਨਾਲ ਹੀ ਰਜਿੰਦਰ ਮਿੱਤਲ ਕਹਿ ਰਿਹਾ ਵੀ ਜੀ ਟਾਈਮਿੰਗ ਨੂੰ ਲੈ ਕੇ ਫੇਰ ਸਵਾਲ ਹੋਰੇ ਜਰਾ ਚੱਲਣਾ ਪਵੇ ਵੈਸੇ ਤੇ ਵੀਰੇ ਨੇ ਤੇ ਪਹਿਲਾਂ ਵੀ ਸੀ ਗੱਲ ਕੀਤੀ ਹੈਗੀ ਪਰ ਫੇਰ ਦੁਬਾਰਾ ਕਰ ਦਾਂਗੇ ਇੱਕ ਵੀਰ ਕਹਿ ਰਹੇ ਸੀਗੇ ਜੀ ਇਧਰ ਆਪਣਾ ਗਰਾਉਂਡ ਪੰਜਾਬੀ ਉਹਨਾਂ ਦਾ ਇਹ ਮਰਣਾ ਜੀ ਕਹਿੰਦੇ ਕਿ ਜੀ ਇਹ ਨਹੀਂ ਹੁਣ ਪਤਾ ਲੱਗਣਾ ਕਿ ਕਿੱਥੋਂ ਦੀ ਗੱਲ ਹੈ ਬਸ ਤੇ ਮਿੱਟੀ ਪਾਤੀ ਨਾ ਬਿਲਕੁਲ ਇਹ ਗੱਲ ਇਹਨਾਂ ਦੀ درست ਹੈ ਮੈਂ ਤੁਹਾਨੂੰ ਉਹੀ ਦੱਸਿਆ ਨਾ ਪੰਬਲ ਪੂਸੇ ਆਪ ਇਹਨਾਂ ਨੇ ਵੱਡਾ ਕਰ ਲਿਆ ਜੀ ਜੀ ਬਿਲਕੁਲ ਇਹਨਾਂ ਕੋਲ ਬਹੁਤ ਵੱਡਾ ਮੌਕਾ ਸੀ ਇਹ ਮੰਨ ਲਓ ਜੇ ਰਾਜਸਥਾਨ ਚੋਂ ਹੀ ਹੈ ਕਿਉਂਕਿ ਇਹਨਾਂ ਨੂੰ ਪਤਾ ਤਾਂ ਲੱਗ ਗਿਆ ਹੁਣਾਂ ਖੋਫੀਆ ਤੌਰ ਤੇ ਤਾਂ ਮਾਨ ਸਾਹਿਬ ਇਹ ਤਾਂ ਹੋ ਹੀ ਨਹੀਂ ਸਕਦਾ ਜੀ ਜੇ ਇਹਨਾਂ ਨੂੰ ਪਤਾ ਲੱਗ ਗਿਆ ਜਾਂ ਪਤਾ ਲਾ ਸਕਦੇ ਆ ਕਿਉਂਕਿ ਦੇਖੋ ਲਾਰੈਂਸ ਇਹਨਾਂ ਦੀ ਹਿਰਾਸਤ ਦੇ ਵਿੱਚ ਹੈ ਲਾਰੈਂਸ ਬਾਰੇ ਜਿੰਨਾ ਕੋ ਹੁਣ ਦੇਖੋ ਆਪਾਂ ਇਹਨਾਂ ਚੀਜ਼ਾਂ 'ਚ ਜਦੋਂ ਵਿਚਰਦੇ ਆ ਲਾਰੈਂਸ ਬਾਰੇ ਜਿੰਨਾ ਕੋ ਮੈਂ ਜਾਣਦਾ ਉਹਨੂੰ ਕੁਰਸੀ ਤੇ ਸਾਹਮਣੇ ਬਿਠਾ ਲਓ ਆਪ ਬੈਠ ਜਾਓ ਉਹਨੇ ਉਸੇ ਵੇਲੇ ਦੱਸ ਦੇਣਾ ਕਿਉਂਕਿ ਜਿਹੜੇ ਇਸ ਤਰ੍ਹਾਂ ਦੇ ਬੰਦੇ ਹੁੰਦੇ ਆ ਨਾ ਉਹ ਕਤਲ ਮੰਨੀ ਜਾਂਦੇ ਆ ਜਦੋਂ ਤੇ ਇਹ ਚੀਜ਼ ਕਿਉਂ ਕਿਉਂਕਿ ਅਗਲਾ ਕਹਿੰਦਾ ਇੱਥੇ ਕਿਸੇ ਨੇ ਕੋਈ ਉਹ ਆਖ ਦਿੱਤਾ ਥੱਪੜ ਮਾਰ ਦਿੱਤਾ ਕਿੱਡੀ ਬੇਇਜ਼ਤੀ ਹੈ ਕੀ ਆ ਵੱਤ ਵੱਤ ਕੇਸ ਪਾਦਣ ਕਿ ਕਿਹੜਾ ਮੋਬਾਈਲ ਵਰਤਨ ਦਾ ਕੇਸ ਪਹਿਣਾ ਨਾ ਤਸੋਂ ਕਿਹੜਾ ਦੇਸ਼ ਧਰੋ ਲੱਗਣਾ ਪਹਿਲੇ ਤੁਸੀਂ ਦੱਸ ਤੋ ਸੀ ਇਸ ਚੋ ਉਹਦੀ ਉਹਦੀ ਮਤਲਬ ਕਿ ਕਹਿ ਲੋ ਕਿ ਕਹਿ ਲੋ ਆਨੇ ਦੀ ਬੁੱਕਤ ਨਹੀਂ ਹੈਗੀ ਉਸਕੀ ਇਸ ਦੀ 52 A ਵਾਲਾ ਰੌਣਾ 52 A ਵਾਲਾ ਇੱਕ ਆਨੇ ਦੀ ਬੁੱਕਤ ਨਹੀਂ ਹੈਗੀ ਤੁਸੀਂ ਐਟ ਲੀਸਟ ਕੋਈ ਮਾਮਲਾ ਦਰਜ ਕਰਕੇ ਜਾਂ ਘਟੋ ਘਟ ਹਿਰਾਸਤ ਚ ਲੈ ਕੇ ਕਿਸੇ ਤੋਂ ਪੁੱਛ ਕੇ ਚ ਤਾਂ ਕਰ ਸਕਦੇ ਹੋ ਭਾਈ ਸਰਕਾਰ ਦਾ ਇਸ ਵੇਲੇ ਅਕਸਾ ਜਿਹੜਾ ਉਹਨੂੰ ਢਾ ਲੱਗ ਰਹੀ ਹੈ ਅਸੀਂ ਇਸ ਮਾਮਲੇ ਦੇ ਵਿੱਚ ਐਫ ਆਈ ਆਰ ਕਰਾਂਗੇ ਸਰਕਾਰ ਬਣੀਓ ਕਰ ਦਿੰਦੇ ਤੇ ਸਰਕਾਰ ਦੇ ਐਕਸ਼ਨ ਨੂੰ ਢਾਲਾਈ ਜਾ ਰਹੀ ਹੈ ਸਾਜ਼ਿਸ਼ਾਂ ਜੀ ਤਾਂ ਉਹਦੇ ਚ ਪੁੱਛਗਿੱਛ ਕੀਤੀ ਜਾ ਸਕਦੀ ਸੀ ਸਾਰਾ ਕੁਝ ਨਿਕਲੋਣਾ ਫਿਰ ਤੁਹਾਡੇ ਕੋਲ ਤਕਨੀਕ ਹੈ ਅੱਜ ਦੇ ਦੌਰ ਦੇ ਵਿੱਚ ਤੁਸੀਂ ਵਟਸਐਪ ਚੈਟਾਂ ਫੜ ਲੈਨੇ ਹੋ ਤੁਸੀਂ ਕਢਾ ਲਓ ਜੀ ਕਢਾ ਕੇ ਦੇਖ ਲਓ ਸਾਰਾ ਕੁਝ ਉਥੋਂ ਤੱਕ ਪਹੁੰਚੋ ਤੇ ਸਹੀ ਕੋਸ਼ਿਸ਼ ਕਰ ਲਓ ਪਰ ਉਹ ਸਾਰਾ ਕੁਝ ਕਰਨ ਦੀ ਥਾਂ ਤੇ ਪੰਭਲਪੂਸਨ ਆ ਵੱਡਾ ਕਰ ਲਿਆ ਕਿ ਹੁਣ ਤੁਸੀਂ ਆਹ ਭੁੱਲ ਜਗੇ ਉਹਦੇ ਚ ਜਿਹਨੇ ਕਰਵਾਇਆ ਹੋਵੇਗਾ ਜੇ ਫਰਜ਼ ਕਰੂੰ ਤੁਸੀਂ ਨਹੀਂ ਕੀਤਾ ਤੇ ਜਿਹਨੇ ਕਰਵਾਇਆ ਹੋਵੇਗਾ ਬਸ ਉਹ ਇਹੋ ਜਿਹਾ ਮੌਕਾ ਪਾਲਦਾ ਸੀ ਤੂੰ ਤੁਸੀਂ ਦੇ ਦਿੱਤਾ ਜੀ ਜੀ ਬਿਲਕੁਲ ਬਿਲਕੁਲ ਜੀ ਬਲਵਿੰਦਰ ਜੀ ਵੀ ਇਹੋ ਗੱਲ ਕਰ ਰਿਹਾ ਕਹਿੰਦੇ ਲਾਰੈਂਸ ਤੂੰ ਤਾਂ ਪੁਛਗਿਛ ਹੋ ਸਕਦੀ ਹੈ ਬਾਈ ਤੇ ਤੁਹਾਡੇ ਕੋਲ ਹੀ ਹੈ ਨਾ ਕਹਿੰਦੇ ਓਹ ਹਿਰਾਸਤ ਉਹੀ ਮੈਂ ਕਹਿ ਰਿਹਾ ਕਿ ਤੁਹਾਡੇ ਕੋਲ ਬੜੇ ਮੌਕੇ ਸਨ ਤੁਸੀਂ ਮਾਮਲਾ ਦਰਜ ਕਰਦੇ ਤੁਹਾਡਾ ਉਹੀ ਪਹਿਲੀ ਗੱਲ ਉਹੀ ਤੁਹਾਡਾ ਸਟੈਪ ਜਿਹੜਾ ਤੁਹਾਨੂੰ ਬਚਾ ਜਾਣਾ ਸੀਗਾ ਕਿ ਦੇਖੋ ਅਸੀਂ ਜੇ ਕਾਣੇ ਸੀ ਤਾਂ ਅਸੀਂ ਮਾਮਲਾ ਕਿਉਂ ਦਰਜ ਕੀਤਾ ਬਈ ਫਰਦਰ ਕਾਰਵਾਈ ਕਰ ਰਹੇ ਹਾਂ ਅਸੀਂ ਕਾਰਵਾਈ ਕਰ ਰਹੇ ਹਾਂ ਫਿਰ ਤੁਸੀਂ ਹਿਰਾਸਤ ਲੈ ਕੇ ਪੁਛਗਿਛ ਕਰਕੇ ਉਹਦੀ ਰਿਪੋਰਟ ਬਣਾ ਦਿੰਦੇ ਤੇ ਜੀ ਗੱਲ ਇਹ ਆ ਕਿ ਤੁਸੀਂ ਸਾਬਤ ਕਰਦੇ ਹੋ ਕਿ ਕੋਈ ਫਲਾਣੀ ਥਾਂ ਤੇ ਆ ਇਹ ਸਾਰਾ ਕੁਝ ਹੋਇਆ ਬਈ ਪਰ ਹੋਇਆ ਹਿਰਾਸਤ ਦੇ ਵਿੱਚ ਆ ਇਹ ਵੱਡੇ ਸਵਾਲ ਆ ਤਾਂ ਪੰਬਲ ਪੂਸਾ ਵੱਡਾ ਕਰਕੇ ਆਪ ਛੋਟੇ ਬਣ ਗਏ ਨੇ ਆਪ ਹੀ ਆਪਣੇ ਮਤਲਬ ਕਿ ਜਾਲ ਦੇ ਵਿੱਚ ਫਸਦੇ ਨਜ਼ਰ ਆ ਰਹੇ ਨੇ ਬਿਲਕੁਲ ਜੀ ਇਧਰ ਉਹਪਿੰਦਰ ਚਾਲ ਕਰ ਰਿਹਾ ਜੀ ਲਾਰੈਂਸ ਦਾ ਫੋਨ ਆਇਆ ਹੁਣਾ ਪੱਤਰਕਾਰ ਨੂੰ ਜੀ ਉਹ ਟ੍ਰੇਸ ਕਰ ਸਕਦੇ ਆ ਕਾਲ ਉਹ ਤਾਂ ਦੇਖੋ ਬਈ ਸਾਰਾ ਪੁਲਿਸ ਦਾ ਕੰਮ ਆ ਪਾਰਟ ਆ ਇਨਵੈਸਟੀਗੇਸ਼ਨ ਦੇ ਪਾਰਟ ਆ ਮੈਂ ਉਹ ਹੀ ਕਹ ਰਿਹਾ ਕਿ ਕਰਨ ਨੂੰ ਤਾਂ ਬਹੁਤ ਕੁਝ ਕੀਤਾ ਜਾ ਸਕਦਾ ਆ ਜੀ ਤੇ ਚਲੋ ਉਹ ਵੀ ਨਹੀਂ ਤਾਂ ਤੁਸੀਂ ਕਟੂ-ਕਟ ਇਨਵੈਸਟੀਗੇਸ਼ਨ ਆਪਣੇ ਪੱਧਰ ਤੇ ਜਿਹੜੀ ਉਹ ਸ਼ੁਰੂ ਤਾਂ ਕਰ ਸਕਦੇ ਹੋ ਨਾ ਪੁੱਛਗਿੱਛ ਤਾਂ ਕਰ ਸਕਦੇ ਹੋ ਤੁਸੀਂ ਜੀ 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 ਹੋ ਸਕਦਾ ਤੁਹਾਨੂੰ ਇੰਨਾ ਕੁਝ ਕਰਨ ਦੀ ਜ਼ਰੂਰਤ ਹੀ ਨਾ ਪਵੇ ਜੀ ਅਗਲਾ ਕਹਿ ਕੇ 2 ਮਹੀਨੇ ਪਹਿਲਾਂ ਮੈਂ ਰਿਕਾਰਡ ਕਰਵਾਈ ਸੀ ਯਾਰ ਜੀ ਤੁਹਾਨੂੰ ਪਤਾ ਹੀ ਨਹੀਂ ਲੱਗਾ ਕੀ ਸਬੂਤ ਆ ਫਿਰ ਉਸ ਤੋਂ ਬਾਅਦ ਬਿਲਕੁਲ ਅਗਲਾ 2 ਮਹੀਨੇ ਦਾ ਫੋਨ ਥੋੜੀ ਨਾ ਸੰਭਾਲ ਕੇ ਰੱਖੀ ਬੈਠਾ ਉਹ ਤਾਂ ਜੀ ਉਹਨੇ ਤਾਂ ਸਬੂਤ ਨਸ਼ਟ ਕਰਤੇ ਆ ਕਿ ਨਹੀਂ ਖਬਰਾਂ ਇਸ ਤੋਂ ਪਹਿਲਾਂ ਦੇਖੀਗਾ ਕਿ ਭਾਈ ਮੋਬਾਈਲ ਤੋੜਤੀ ਹੈ ਤਾਂ ਬਾਲਾ ਹੀ ਤਾਂ ਮਾਨ ਸਾਹਿਬ ਇਹ ਤਾਂ ਵੈਪਨ ਦੇ ਦਿੰਦੇ ਨੇ ਕਿ ਉਹ ਉੱਥੇ ਪਿਆ ਹੋਊਗਾ ਜਾਂ ਚੱਕ ਲੋ ਜਾ ਕੇ ਪੱਕੇ ਸਰ ਰਜਿਸਟਰਡ ਕਰ ਦਿਓ ਜੀ ਸਾਡੇ ਤਾਂ 36 ਅੱਗੇ ਐ ਸੰਤਮਾ ਹੋ ਜਾਊਗਾ ਕੀ ਦਿੱਕਤ ਹੈ ਜੀ ਤਾਂ ਮਤਲਬ ਕਿ ਜੇ ਲੌਰੈਂਸ ਦਾਵਾ ਕਰ ਰਿਹਾ ਕਿ ਮੈਂ ਅਪਰੋਚ ਕੀਤਾ ਆਪਣਾ ਪੱਖ ਰੱਖਣ ਵਾਸਤੇ ਉਹ ਇਸ ਕੱਲ ਤੋਂ ਮੁਕਰੇਗਾ ਥੋੜੀ ਉੱਥੇ ਜੀ ਇਨਵੈਸਟੀਗੇਸ਼ਨ 'ਚ ਮੁਕਰੇਗਾ ਥੋੜੀ ਜੀ ਤਾਂ ਤੁਹਾਡਾ ਦੂਸਰਾ ਪ੍ਰਸ਼ਨ ਹੋ ਸਕਦਾ ਕਿ ਕਿਸ ਤਰ੍ਹਾਂ ਰابطਾ ਕਿਸ ਤਰ੍ਹਾਂ ਹੋਇਆ ਬਸ ਹੁਣ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਫਿਰ ਮਤਲਬ ਕਿ ਆਪਣੇ ਇਹਨਾਂ ਨੇ ਕੱਲ ਪੀਸੀ 'ਚ ਸ਼ਾਇਦ ਇਹ ਵੀ ਕਿਹਾ ਨਾ ਕਿ ਸ਼ਾਇਦ 30 ਮਿੰਟ ਤੇ ਕਿ 20 ਮਿੰਟ ਤੇ ਕਿ ਇਹਨੇ ਦੂਜੀ ਜੇਲ ਦਾ ਨਾਮ ਲਿਆ ਜੀ ਤੁਸੀਂ ਉਸ ਦੂਜੀ ਜੇਲ ਨੂੰ ਮੈਂਸ਼ਨ ਵੀ ਨਹੀਂ ਕਰ ਸਕੇ ਤੇ ਬਹੁਤ ਅੰਗਰੇਜ਼ੀ 'ਚ ਕਰਕੇ ਬੱਸ ਉਹ ਕਰਕੇ ਬੱਸ ਚਲੋ ਬਾਈ ਨਹੀਂ ਨਹੀਂ ਦੂਜੀ ਜੇਲ ਤੁਸੀਂ ਮੈਂਸ਼ਨ ਕਰ ਦਿਓ ਕਿ ਐਸ ਸਟੇਟ ਦਾ ਜ਼ਿਕਰ ਹੋਇਆ ਜੀ ਜੀ ਸਥਿਤੀ ਤਾਂ ਸਾਫ਼ ਹੋਵੇ ਨਾ ਇਹ ਇਹ ਬੜੀਆਂ ਚੀਜ਼ਾਂ ਚਲੋ ਠੀਕ ਹੈ ਕੁਝ ਪੁਆਇੰਟ ਉਹਨਾਂ ਨੇ ਰੱਖੇ ਕਿ ਇਹ ਪ੍ਰਾਣੀ ਹੈ ਜੀ ਗੈਂਗਵਾਰ ਉਹ ਜਿਹੜੀ ਗੱਲ ਆਪਾਂ ਕਰ ਹੀ ਰਹੇ ਸੀਗੇ ਕਿ ਗੈਂਗਵਾਰ ਦੀ ਉਹਦੇ ਚ ਕਿਤੇ ਵੀ ਕਹਾਣੀ ਜਾਂ ਜ਼ਿਕਰ ਨਹੀਂ ਹੁੰਦੀ ਤਾਂ ਵਗੈਰਾ ਵਗੈਰਾ ਪਰ ਹੁਣ ਜੇ ਤੁਸੀਂ ਆ ਹੀ ਗਏ ਹੋ ਮੈਦਾਨ ਚ ਤਾਂ ਕਟੋ-ਕਟਾ ਹਥਿਆਰ ਤਾਂ ਪੂਰੇ ਲੈ ਕੇ ਆਓ ਨਾ ਆਪਣੇ ਮਤਲਬ ਕਿ ਐਵੀਡੈਂਸ ਤਾਂ ਪੂਰੇ ਲੈ ਕੇ ਆਓ ਕੀ ਖੇਡ ਖੇਡ ਰਹੇ ਹੋ ਤੁਸੀਂ ਜੀ ਬਿਲਕੁਲ ਬਿਲਕੁਲ ਮਿੰਟੂ ਜੀ ਗੱਲ ਇਹ ਇਧਰੋਂ ਵੀ ਇਹੀ ਪੁੱਛ ਰਹੇ ਸੀਗੇ ਕਿ ਇਕਬੀਰ ਕਹਿੰਦੇ ਕਿ ਜੀ ਫਿਰ ਉਹ ਦੇਖੋ ਜੇ ਲੇਟੈਸਟ ਹੁੰਦੀ ਤਾਂ ਫਿਰ ਇਸ ਮਸਲੇ ਦੇ ਉੱਤੇ ਗੱਲਬਾਤ ਹੋਣੀ ਸੀਗੀ ਗੈਂਗਵਾਰ ਤੇ ਹੋਣੀ ਸੀ ਜਾਂ ਹੋਰ ਮਸਲਾਂ ਤੇ ਪਰ ਗੱਲ ਇਹ ਵੀ ਹੈ ਤੁਹਾਡੇ ਵੀ ਗੱਲ ਸਾਭੀ ਕਿ ਕਈ ਵਾਰੀ ਹੁੰਦਾ ਕਿ ਕਿ ਬਾਈ ਇਹਨਾਂ ਚੀਜ਼ਾਂ ਉੱਤੇ ਅਸੀਂ ਗੱਲ ਨਹੀਂ ਕਰਨੀ ਫਿਲਹਾਲ ਇਹ ਵੀ ਹੋ ਸਕਦਾ ਹੈ ਪਰ ਦੇਖੋ ਗੱਲ ਇਹ ਹੈ ਕਿ ਜੱਗੂ ਭਗਵਾਨਪੁਰਿਆ ਬਾਰੇ ਬੋਲ ਗਿਆ ਨਾ ਲਾਰੈਂਸ ਜੀ ਉਸ ਇੰਟਰਵਿਊ ਚ ਜ਼ਿਕਰ ਕੀਤਾ ਹੈ ਨੰਗਲੰਬੀਆਂ ਬਾਰੇ ਬੋਲ ਗਿਆ ਨਾ ਜੀ ਕਿ ਉਹਦਾ ਕੀ ਕਸੂਰ ਸੀਗਾ ਕੁਝ ਇਹ ਚੀਜ਼ਾਂ ਬੋਲ ਗਿਆ ਉਹ ਜੀ ਤੇ ਨੰਗਲੰਬੀਆਂ ਤੁਹਾਨੂੰ ਪਤਾ ਹੀ ਹੈ ਮੇਜਰ ਕਬੱਡੀ ਲੀਗ ਜੱਗੂ ਭਗਵਾਨਪੁਰਿਆ ਸਾਰਾ ਕੁਝ ਆ ਜਾਂਦਾ ਵਿੱਚ ਜੀ ਹਾਂ ਜੀ